ਭਾਈ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨਾ ਕਰਾਂਗੇ। ਆਹ ਜਿਹੜੇ ਮਗਰਲੇ ਪਾਸੇ ਭਾਈ ਖੜੇ ਆ ਉਹਨਾਂ ਦੇ ਦਿਲ ਚ ਬੇਈਮਾਨੀ ਆ ਗਈ। ਉਹ ਦੂਜਾ ਦੂਜੇ ਨੂੰ ਕਹਿੰਦਾ 2 ਮਿੰਟ ਰੁਕ, ਉਹ ਕਹਿੰਦਾ ਭਾਊ ਏਡਾ ਕਾਲਾ ਨਾ ਹੋ, ਕਹਿੰਦਾ 2 ਮਿੰਟ ਰੁਕ। ਇਦੋਂ ਬਾਅਦ ਬੀਬਾ ਕਹੂਗੀ ਵੀ ਮੇਰੇ ਯਾਰ ਜੁੰਡੀ ਦੇ ਸਾਰੇ, ਆਪਾਂ ਬੀਬਾ ਵਾਰੀ ਤਾੜੀ ਮਾਰ ਦੇਗੇ, ਆਪਣੀ ਇੱਧਰ ਗੱਲਬਾਤ ਬਣ ਜੂ। ਹਾਂ ਅੱਜ ਵੀ ਮੈਂ ਕਹਿਣ ਦਿੰਦਾ, ਅੱਜ ਤੇ ਮੈਂ ਇਕੱਲੇ ਹੀ ਕਹੂੰ ਮਾਜੀ। ਹਾਂਜੀ ਮੇਰੇ ਯਾਰ ਜੁੜੀ ਦੇ ਰੱਬ ਤੋਂ। ਹਾਂ ਉਦੋਂ ਤਾਂ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ। ਤਾਂ ਤੁਹਾਡਾ ਧੰਨਵਾਦ ਕਰਦਾ। ਵੈਸੇ ਮੈਂ ਕਈ ਬਾਈ ਵੇਖੀ ਹੈ, ਉਹ ਬੰਦੇ ਕਮਜ਼ੋਰ ਮੈਂ ਵੱਧ ਲਾਈ ਜਾਂਦਾ ਹੁੰਦਾ, ਆਸ਼ਕ ਬੀਬਾ ਦੇ ਬਾਹਲੇ ਹੋਏ ਬੈਠੇ। ਔਰ ਕੋਈ ਗੱਲ ਨੀ, ਧੰਨਵਾਦ ਤੁਹਾਡਾ, ਦੋਨੋਂ ਨੂੰ ਪਿਆਰ ਕਰ ਦਿਓ। ਹਾਂਜੀ 1 2 3 4
ਜਿੰਨੀ ਤਾਂ ਰੀਚਾ ਜਿੰਨੀ ਖਾਵਾਂ ਲੈ ਕੇ ਢੋੜ ਕੇ ਤੂੰ ਜਾਵਾਂ ਸਾਨੂੰ ਕਟਾ ਕਟਾ ਵਰਦਾਵਾਂ ਭਈਆ ਕੀ ਲਿਖੇ
ਪਈ ਜਿਹੜੀ ਅੱਜ ਵੱਧ ਫੇਰੀ ਉਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਹੈ। ਠੇਕਿਆਂ ਤੇ ਪਈ ਜਿਹੜੀ ਬੋਤਲਾਂ ਚ ਵੱਧ ਫੇਰੀ ਉਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਹੈ।
ਤੇਰੀ ਬੋਤਲਾ ਚ ਬੰਦ ਫੇਰੇ ਹੋ ਕੇ ਟੁੱਟੇ ਦਿਲਾਂ ਨੂੰ ਸਹਾਰਾ ਦਿੱਤੀ ਆ ਧੰਨਵਾਦ ਤੇਰਾ ਹੱਕ ਸਾਡੇ ਤੇ ਜਿਤਾਇਆ ਹੋਇਆ ਭਿੰਦਰ ਨੂੰ ਤੇਰੇ ਤੇ ਜ਼ਰੂਰ ਸਾਰਿਆ ਮਿਹਰਬਾਨੀ ਸ਼ੁਕਰੀਆ ਧੰਨਵਾਦ ਮੇਰੇ ਵੀਰਾਂ ਦਾ ਭਰਾਵਾਂ ਦਾ। ਔਰ ਜਿਹੜੀ ਮੈਂ ਗੱਲ ਹੁਣ ਕਰਨ ਲੱਗਿਆ ਜਾਣੀ ਜਿਹੜਾ ਮੈਂ ਗੀਤ ਹੁਣ ਗਾਉਣ ਲੱਗਿਆ ਇਹ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਇਹ ਹਰ ਇੱਕ ਬੰਦੇ ਦੀ ਗੱਲ ਹੈ ਕਿਉਂਕਿ ਜਿਨ੍ਹਾਂ ਦੇ ਵਿਆਹ ਹੋਏ ਨੇ 40-45-50 ਸਾਲ ਹੋ ਗਏ ਉਹਨਾਂ ਦੀ ਵੀ ਇਹ ਗੱਲ ਹੈ ਤੇ ਜਿਨ੍ਹਾਂ ਦਾ ਹਲੇ ਨਵਾਂ ਨਵਾਂ ਜਿਹਾ ਵਿਆਹ ਹੋਇਆ ਉਹਨਾਂ ਦੀ ਤਾਂ ਇਹ ਗੱਲ ਹੈਗੀ ਹੈਗੀ ਹੈ ਤੇ ਜਿਨ੍ਹਾਂ ਦਾ ਹਲੇ ਵਿਆਹ ਹੋਇਆ ਨੀ ਉਹਨਾਂ ਦੀ ਵੀ ਇਹ ਗੱਲ ਹੈ ਕਿਉਂਕਿ ਜਿਨ੍ਹਾਂ ਦੇ ਵਿਆਹ ਹੋਏ ਨੂੰ 40-45-50 ਸਾਲ ਹੋ ਗਏ ਉਹ ਹੁਣ 10 ਮਿੰਟਾਂ ਲਈ ਐਂ ਸਮਝ ਲਓ ਵੀ ਵਿਆਹ ਹਲੇ ਨਵਾਂ ਨਵਾਂ ਜਿਹਾ ਹੋਇਆ ਤੇ ਜਿਨ੍ਹਾਂ ਦਾ ਹਲੇ ਨਵਾਂ ਨਵਾਂ ਹੋਇਆ ਉਹਨਾਂ ਦਾ ਤਾਂ ਹੋਇਆ ਹੀ ਹੈ ਤੇ ਜਿਨ੍ਹਾਂ ਦਾ ਵਿਆਹ ਹਲੇ ਹੋਇਆ ਨੀ ਇੱਧਰਲੇ ਵੀਰਾਂ ਦਾ ਹੋ ਗਿਆ ਅਮੂਰਲੇ ਪਾਸੇ ਬੈਠੇ ਹੋ ਗਿਆ ਉਮਰ ਤਾਂ ਛੋਟੀ ਜੀ ਲੱਗਦੀ ਹੈ। ਅੱਛਾ ਬਾਈ ਕਹਿੰਦਾ ਟਾਈਮ ਨੇ ਨਿਬੇੜਤਾ ਕੰਮ ਚਲੋ। ਔਰ ਬਾਈ ਜੀ ਜਿਨ੍ਹਾਂ ਦੇ ਵਿਆਹ ਹੋਏ ਨੇ 40-45-50 ਸਾਲ ਹੋ ਗਏ 5 ਮਿੰਟ ਲਈ ਐਂ ਸਮਝ ਲਓ ਵਿਆਹ ਨਵਾਂ ਨਵਾਂ ਹੋਇਆ ਜਿਨ੍ਹਾਂ ਦਾ ਤਾਂ ਹੋਇਆ ਉਹਨਾਂ ਦਾ ਤਾਂ ਹੋਇਆ ਤੇ ਜਿਨ੍ਹਾਂ ਦਾ ਹੋਇਆ ਨੀ ਉਹ 5 ਮਿੰਟਾਂ ਲਈ ਐਂ ਸਮਝ ਲਓ ਵੀ ਹੋ ਗਿਆ। ਗੱਲ ਕੀ ਹੈ ਬਾਈ ਪਹਿਲੇ ਵਾਰੀ ਆਪਦੇ ਘਰਾਂ ਵਾਲੀ ਨੂੰ ਆਪਦੇ ਸਹੁਰਿਆਂ ਤੋਂ ਉਹਦੇ ਪੇਕੇ ਪਿੰਡ ਤੋਂ ਲੈਣ ਜਾਂਦਾ ਤੇ 5 ਕਿਲੋਮੀਟਰ ਅੱਗੇ ਆ ਕੇ ਬੀਬਾ ਨੂੰ ਠੰਡ ਜੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਸਾਡੀਆਂ ਬੀਬੀਆਂ ਭੈਣਾਂ ਨੂੰ ਭੈਣੇ ਆਦਤ ਹੁੰਦੀ ਹੈ ਜਿੰਨਾ ਮਰਜ਼ੀ ਭੈਣੇ ਗੂੜਾ ਸਿਆਲ ਹੈ ਸਾਡੀਆਂ ਬੀਬੀਆਂ ਭੈਣਾਂ ਨਾਲ ਕੋਟ ਪਾਉਂਦੀਆਂ ਨਾ ਕੋਟੀ ਨਾ ਸਵਾਟਰ ਨਾ ਛਾਲ ਅੱਜ ਕੱਲ੍ਹ ਭੈਣੇ ਨਿੱਕਾ ਜਿਹਾ ਚੱਲਿਆ ਕੱਲਾ ਉਹ ਸਿਰ ਤੇ ਲੈ ਲੈਂਦੀਆਂ ਭੈਣੇ ਕੀ ਕਹਿੰਦੇ ਉਹਨੂੰ ਹਾਂ ਸਟੋਲ ਉਹ ਬੀਬਾ ਨੇ ਸਿਰ ਤੇ ਲਿਆ ਹੋਇਆ ਉਹ ਬੀਬਾ ਨੇ ਸਿਰ ਤੇ ਲਿਆ ਹੋਇਆ 5 ਕਿਲੋਮੀਟਰ ਅੱਗੇ ਆ ਗਈ ਬੀਬਾ ਨੂੰ ਠੰਡ ਜੀ ਲੱਗਣ ਲੱਗ ਜਾਂਦੀ ਹੈ ਬੀਬਾ ਕੀ ਕਹਿੰਦੀ ਹੈ ਬਾਈ ਕੀ ਕਹਿੰਦਾ ਗੱਲ ਕਰਦੇ ਗੀਤ ਰਾਹੀਂ ਕਿ ਹੋਈ ਹੋਈ ਤੋਰਖਾਂ ਬੁੱਢ ਨੂੰ ਵੇ ਠੰਡ ਲੱਗਦੀ ਬੜੀ ਇਹ ਗੱਲ ਕੋਈ ਜ਼ਰੂਰੀ ਨਹੀਂ ਕਿ ਬੰਦਾ ਆਪਦੇ ਘਰਵਾਲੀ ਨੂੰ ਸਹੁਰਿਆਂ ਤੋਂ ਲੈ ਕੇ ਆਵੇ ਤਾਂ ਹੀ ਉਹਨੂੰ ਵੱਧ ਠੰਡ ਲੱਗਦੀ ਹੈ। ਕਈ ਵਾਰੀ ਆਪਾਂ ਬਾਜ਼ਾਰ ਜਾਂਦੇ ਬੀਬੀਆਂ ਭੈਣਾਂ ਉੱਤੇ ਕੋਈ ਮੋਟਾ ਕੱਪੜਾ ਨਹੀਂ ਲੈ ਕੇ ਜਾਂਦੀਆਂ ਤੇ ਬੀਬੀਆਂ ਭੈਣਾਂ ਨੂੰ ਆਉਂਦੀਆਂ ਨੂੰ ਠੰਡ ਜੀ ਲੱਗਣ ਲੱਗ ਜਾਂਦੀ ਕੀੜਾ ਮੋਢੇ ਤੇ ਹੱਥ ਜਿਹਾ ਮਾਰ ਕੇ ਜ਼ਰੂਰ ਕਹਿੰਦੀਆਂ ਛੱਬੇ ਦੇ ਭਾਪੇ ਮੋਟਰਸਾਈਕਲ ਹੌਲੀ ਤੋਰਨਾ। ਔਰ ਬਾਜੀ ਇਹ ਹਰ ਇੱਕ ਬੰਦੇ ਨਾਲ ਗੱਲ ਵਾਪਰਦੀ ਜ਼ਰੂਰ ਹੈ ਤੁਸੀਂ ਵੀ ਕਿਤੇ ਨਾ ਕਿਤੇ ਬੀਬੀਆਂ ਭੈਣਾਂ ਨਾਲ ਜਦੋਂ ਬਾਜ਼ਾਰ ਗਏ ਹੋਵੋਗੇ ਆਪਦੇ ਘਰਵਾਲੀ ਦੇ ਨਾਲ ਬੀਬਾ ਨੇ ਕੀੜਾ ਤੁਹਾਡੇ ਮੋਢੇ ਤੇ ਹੱਥ ਜਿਹਾ ਮਾਰ ਕੇ ਜ਼ਰੂਰ ਕਹਿਣਾ ਹੌਲੀ ਤੋਰ ਉਹਨਾਂ ਜੀ ਇੰਨੀ ਕੀ ਗਾਲੀ ਲੱਗੀ ਹੋਈ ਜਾਂਦੀ। ਔਰ ਬਾਜੀ ਬੀਬਾ ਕੀ ਕਹਿੰਦੀ ਹੈ ਬਾਈ ਕੀ ਕਹਿੰਦਾ ਗੱਲ ਕਰਦੇ ਗੀਤ ਰਾਹੀਂ ਕਿ ਹੌਲੀ ਹੌਲੀ ਤੋਰਖਾਂ ਬੁੱਢ ਨੂੰ ਫਿਰ ਠੰਡ ਲੱਗਦੀ ਬੜੀ ਉਹ ਕਹਿੰਦਾ ਠੰਡ ਲੱਗਦੀ ਹੈ ਕਹਿੰਦਾ ਠੰਡ ਦਾ ਲਾਜ ਮੇਰੇ ਕੋਲ ਹੈਗਾ ਤੈਨੂੰ ਮੈਂ ਹੁਣੇ ਦੱਸਣ ਲੱਗਿਆ ਹਾਂਜੀ ਚਲੋ
ਐਡੀ ਵੱਡੀ ਹੋ ਗਈ, ਤੇਰਾ ਵਿਆਹ ਵੀ ਹੋ ਗਿਆ ਐਡੇ ਸੋਹਣੇ ਮੁੰਡੇ ਨਾਲ, ਤੇ ਹਲੇ ਤੱਕ ਤੈਨੂੰ ਬੈਠਣ ਦਾ ਪਤਾ ਨੀ ਕਿ ਮੋਟਰਸਾਈਕਲ ਤੇ ਘਰ ਵਾਲੇ ਨਾਲ ਕਿਵੇਂ ਬੈਠੀਦਾ ਹੁੰਦਾ। ਮੋਢੇ ਤੇ ਹੱਥ ਧਰ ਕੇ ਬਹਿ ਗਈ, ਐ ਨੀ ਬਹਿੰਦੀਆਂ ਹੋਣਗੀਆਂ ਨਵੀਆਂ ਵਿਆਹੀਆਂ, ਤੈਨੂੰ ਮੈਂ ਦੱਸਦਾ ਵੀ ਕਿਵੇਂ ਬਹਿੰਦੀਆਂ ਹੁੰਦੀਆਂ। ਹਾਂਜੀ ਬਸ ਬੀਬਾ ਨੇ ਮੇਰੇ ਮੋਢੇ ਤੇ ਹੱਥ ਰੱਖਿਆ, ਕਹਿੰਦੀ ਘਰਾਲੀ ਐ ਬਹਿੰਦੀ ਹੁੰਦੀ ਆ। ਮੈਂ ਤੁਹਾਨੂੰ ਦੱਸਿਆ, ਜਦੋਂ ਮੈਂ ਦੱਸਿਆ ਜੇ ਮੇਰੀ ਗੱਲ ਸਹੀ ਹੋਈ, ਜਿਵੇਂ ਮੈਂ ਦੱਸਿਆ ਵੀ ਘਰਾਲੀ ਐ ਬਹਿੰਦੀ, ਜੇ ਮੇਰੀ ਗੱਲ ਸਹੀ ਹੋਈ ਮੈਨੂੰ ਤਾੜੀ ਮਾਰ ਕੇ ਸਾਰੇ ਜਣੇ ਦੱਸਿਓ। ਜਦੋਂ ਮੈਂ ਤੁਹਾਨੂੰ ਦੱਸਿਆ, ਜਦੋਂ ਮੈਂ ਇਹਨੂੰ ਨਾਲ ਬਿਠਾਇਆ ਵੀ ਘਰਾਲੀ ਐਂ ਬਹਿੰਦੀ ਹੁੰਦੀ ਆ, ਉਦੋਂ ਤਾੜੀ ਮਾਰ ਕੇ ਜ਼ਰੂਰ ਦੱਸਿਓ ਮੇਰੇ ਬੀਬਾ। ਠੰਡੀ ਠੰਡੀ ਹਵਾ ਸੀ ਨਚੀਰਦੀ, ਤਾਂ ਗੱਲ ਬੱਕੜੀ, ਠੰਡੀ ਠੰਡੀ ਹਵਾ ਸੀ ਨਚੀਰਦੀ, ਤਾਂ ਗੱਲ ਬੱਕੜੀ। ਰੁਕਿਆ ਬਥੇਰਾ।
ਬੰਦੇ ਦਾ ਭਾਜੀ ਨਵਾਂ ਨਵਾਂ ਵਿਆਹ ਹੁੰਦਾ, ਬੰਦੇ ਦਾ ਤਾਜ਼ਾ ਤਾਜ਼ਾ ਜਿਹਾ ਵਿਆਹ ਹੁੰਦਾ, ਧਰਮਣਾ ਬੰਦੇ ਨੂੰ ਬਾਹਲੀ ਖੁਸ਼ੀ ਚੜ੍ਹਦੀ ਹੈ, ਜਦ ਬੰਦਾ ਬਾਹਲਾ ਹੀ ਖੁਸ਼ ਹੁੰਦਾ ਹੈ। ਹੋ ਸੱਜੇ ਦੇ ਵਿਆਹ ਦਾ ਬਿਲੋ ਰਾਣੀਏ ਚੱਕਿਆ ਨਾ ਜਾਵੇ ਮੈਂ ਸੋਚਿਆ ਨੀ, ਸੱਜੇ ਦੇ ਵਿਆਹ ਦਾ ਬਿਲੋ ਰਾਣੀਏ ਚੱਕਿਆ ਨਾ ਜਾਵੇ ਮੈਂ ਸੋਚਿਆ ਨੀ, 12 ਦਿਨ ਕੱਟੇ ਮਰ ਮਰ ਕੇ ਤੇ ਬੱਲ ਵਿੱਚ ਮਾਰੇ ਤੇ ਜਗਾਲੀ, 12 ਦਿਨ ਕੱਟੇ ਮਰ ਮਰ ਕੇ ਤੇ ਬੱਲ ਵਿੱਚ ਮਾਰੇ ਤੇ ਜਗਾਲੀ, ਹੋ ਗਿਆ ਕਵੇਲਾ ਭੈੜ ਕੜੀਆਂ ਹਰੀ ਕੜੀਆਂ, ਹੋ ਗਿਆ ਕਵੇਲਾ ਭੈੜ ਕੜੀਆਂ ਬਾਪੂ ਜਾਂਦਾ ਹੁਲੜੀ, ਠੰਡੀ ਠੰਡੀ ਹਵਾ ਸੀ ਨਚੀਰ ਦੀ ਤਬਾਲ ਗੱਲ ਵੱਕੜੀ, ਬੈਠੇ ਨੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਸਾਰੇ ਇਲਾਕੇ ਨੂੰ ਜੋੜਿਆ।
ਸੋ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ, ਬਹੁਤ ਮਿਹਰਬਾਨੀ। ਔਰ ਮੈਂ ਹਜੇ ਦੋ ਚਾਰ ਮੈਂ ਗਾਣੇ ਹੋਰ ਲਾਉਣੇ ਆ, ਕਿਉਂਕਿ ਜਦੋਂ ਤੁਸੀਂ ਮੇਰੇ ਨਾਲ ਧੱਕਾ ਕਰ ਜਾਂਦੇ ਹੋ ਮੈਂ ਧੱਕਾ ਜਾਣ ਲੈਂਦਾ, ਤੇ ਹੁਣ ਧੱਕਾ ਮੈਂ ਵੀ ਥੋੜ੍ਹਾ ਜਿਹਾ ਕਰਕੇ ਜਾਊਂ ਤੁਹਾਡੇ ਨਾਲ। ਸਵਾਗਤ ਕਰ ਰਹੇ ਬਹੁਤ ਵਧੀਆ ਮੈਂ ਵੀਰ ਜਵਿੰਦਰ, ਬੀਬਾ ਸੁਪ੍ਰੀਤ ਕੌਰ, ਇੱਦਾਂ ਚੱਲਣਾ ਕੰਮ ਲਗਾਤਾਰ। ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਮੇਲ ਸਿੰਘ ਜੀ, ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਕਮੇਟੀ ਦੇ ਆਤੀ, ਉਹਨਾਂ ਨਾਲ ਚੇਅਰਮੈਨ ਸਰ ਬਲਦੇਵ ਸਿੰਘ ਜੀ, ਪ੍ਰਧਾਨ ਸਰਵਣ ਸਿੰਘ ਜੀ, ਬਰਵੰਤ ਸਿੰਘ ਸਪਿੰਦ ਸਾਹਿਬ, ਅਤੇ ਥਾਣਾ ਮਹਿਤਾ ਤੋਂ ਐਸ ਐਚ ਓ ਸਾਹਿਬ ਪਹੁੰਚੇ ਨੇ ਸਰਦਾਰ ਅਮਨਦੀਪ ਸਿੰਘ ਜੀ ਗੋਪਰ ਆਏ, ਉਹਨਾਂ ਦੇ ਅਤਿ ਧੰਨਵਾਦੀਆਂ, ਪੂਰੀ ਆਪਣੀ ਫੋਰਸ ਨਾਲ, ਟੀਮ ਨਾਲ ਪਹੁੰਚੇ ਨੇ। ਮੈਂ ਇੱਕ ਜ਼ਰੂਰੀ ਬੇਨਤੀ ਆ ਵੀ ਭਾਅ ਜੀ ਜਿਹੜੇ ਇੱਥੇ ਬੀਬੀਆਂ ਭੈਣ ਰਵੀ ਰੰਧਾਵਾ ਅਤੇ ਦਵਿੰਦਰ ਸਿੰਘ ਰੰਧਾਵਾ, ਪ੍ਰਧਾਨ ਸਾਹਿਬ ਬੇਨਤੀ ਸਟੇਜ 'ਤੇ ਆਉਣ। ਰਵੀ ਰੰਧਾਵਾ ਅਤੇ ਦਵਿੰਦਰ ਸਿੰਘ ਰੰਧਾਵਾ ਪ੍ਰਧਾਨ ਸਾਹਿਬ ਜਿੱਥੇ ਵੀ ਵਾਸ ਹੁੰਦੇ ਆ ਸਟੇਜ 'ਤੇ ਆਓ ਵੀਰੇ, ਦੋਨੋਂ ਜਾਣੇ। ਅਤੇ ਇੱਕ ਜ਼ਰੂਰੀ